आम आदमी पार्टी की मुश्किलें खत्म होने का नाम ही नहीं ले रही हैं। आप में होने वाले वित्तीय घोटालों को लेकर चंडीगढ़ में आम आदमी पार्टी के ही फाइनेंस कोऑर्डिनेटर रह चुके हरदीप सिंह किंगरा ने कई खुलासे किए हैं। नेशनल बस के फाउंडर रमनीक मोंगिया ने हरदीप सिंह किंगरा से खास बातचीत के दौरान बताया कि बिल देने के समय हिम्मत सिंह शेरगिल और हरजोत सिंह को जब भी बिल देने की बात कहते हैं तो ये दोनों बाथरूम का बहाना लगाकर निकल जाते हैं। पेश पाठक कोल क्या तुसीं भी ऐसा कोई बंदा इंट्रोड्यूस किया भी जिहड़ा 5 लाख रुपया उन्होंने महीना दवे अपनी लीडरशिप नूं चमकाउण लई? सवाल ही पैदा नहीं हुंदा जी। आई एम नॉट एन अनएथिकल परसन। ਤੁਸੀਂ ਹਰਦੀਪ ਜੀ ਇਹ ਗੱਲ ਕਹੀ ਕਿ ਤੁਸੀਂ ਇਹਨਾਂ ਦੇ ਬਿੱਲ ਭਰਦੇ ਰਹੇ ਹੋ, ਕਿਆ ਹੋਰ ਵੀ ਪਾਰਟੀ ਦੇ ਲੋਕ ਬਿੱਲ ਭਰਦੇ ਰਹੇ ਨੇ ਆਪਣੇ ਜੇਬ 'ਚੋਂ ਕਿ ਸਿਰਫ ਤੁਸੀਂ ਤੁਹਾਡੇ 'ਤੇ ਹੀ ਬੋਝ ਪਿਆ ਹੈ? ਕੋਈ ਨਹੀਂ ਜੀ, ਭਰਦਾ ਰਿਹਾ। ਸਰ ਸੁੱਚਾ ਸਿੰਘ ਛੋਟੇ ਭਰਦੇ ਰਹੇ ਨੇ, ਮੈਂ ਭਰਦਾ ਰਿਹਾ, ਸੰਦੀਪ ਧਾਲੀਵਾਲ ਭਰਦਾ ਰਿਹਾ, ਹੋਰ ਇੱਕ ਦੋ ਬੰਦੇ। ਜਦੋਂ ਅਸੀਂ ਕਿਤੇ ਰੋਟੀ ਟੁੱਕ ਖਾਣ ਬਹਿੰਦੇ ਸੀਗੇ, ਜਦੋਂ ਅਸੀਂ ਰੋਟੀ ਟੁੱਕ ਖਾ ਲੈਂਦੇ ਸੀਗੇ ਤਾਂ ਸ਼ੇਰਗਿੱਲ ਟੋਇਲਟ ਚਲਾ ਜਾਂਦਾ ਸੀ ਉਦੋਂ, ਹਿੰਮਤ ਸਿੰਘ ਸ਼ੇਰਗਿੱਲ। ਅਤੇ ਉਹ ਤੁਸੀਂ ਉਹਨੂੰ, ਕਿਉਂਕਿ ਉਹਨੂੰ ਪਤਾ ਸੀਗਾ ਵੀ ਹੁਣ ਬਿੱਲ ਆਉਣ ਵਾਲਾ ਹੈ। ਇਹ ਦੋ ਬੰਦੇ ਹਰਜੋਤ ਬੈਂਸ ਅਤੇ ਹਿੰਮਤ ਸਿੰਘ ਸ਼ੇਰਗਿੱਲ ਕਦੇ ਵੀ ਕਿਸੇ ਪਾਰਟੀ ਦੇ ਬਿੱਲ ਪੇਮੈਂਟ ਦੇ ਵਿੱਚ ਅੱਗੇ ਨਹੀਂ ਆਏਗੇ ਸਾਡੇ ਸਾਹਮਣੇ। ਰਮਨੀਕ ਮੋਂਗੀਆ, ਨੈਸ਼ਨਲ ਬਜ਼ ਲਈ, ਚੰਡੀਗੜ੍ਹ ਤੋਂ।